ਕਾਦੀਆਂ ਦੇ ਬਾਜ਼ਾ ਕਲੋਨੀ ਵਿੱਚ ਜੇਈ ਵੱਲੋਂ ਬਕਸੇ ਦੀਆਂ ਤਾਰਾਂ ਬਦਲਾਉਣ ਅਤੇ ਮੁਹੱਲਾ ਵਾਸੀਆਂ ਵੱਲੋਂ ਜੇਈ ਖਿਲਾਫ ਨਾਅਰੇਬਾਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਮੁਹੱਲੇ ਵਿੱਚ 2 ਟ੍ਰਾਂਸਫਾਰਮ ਲੱਗੇ ਹਨ ਅਤੇ ਸਾਡੇ ਟ੍ਰਾਂਸਫਾਰਮ ਤੇ ਬਹੁਤ ਲੋਡ ਪਾਇਆ ਜਾ ਰਿਹਾ ਹੈ ਜੋ ਕਿ ਧੱਕੇਸ਼ਾਹੀ ਹੈ। ਇਸ ਸੰਬੰਧੀ ਮੁਹੱਲਾ ਨਿਵਾਸੀਆਂ ਵੱਲੋਂ ਜੇਈ ਖਿਲਾਫ ਕਰੜਾ ਰੋਸ ਪਾਇਆ ਜਾ ਰਿਹਾ ਹੈ। ਕਹਿੰਦਾ ਵੀ ਜੇਈ ਜਿਹੜਾ ਜਤਿੰਦਰ ਸਿੰਘ ਹੈ ਸਾਡਾ ਲੱਗਿਆ ਟ੍ਰਾਂਸਫਾਰਮ, ਇਹ ਟ੍ਰਾਂਸਫਾਰਮ ਲੋਡ ਪਾਉਣਾ ਚਾਹੁੰਦਾ ਨਾਲ ਦੇ ਮੁਹੱਲੇ ਦਾ, 10 ਬਕਸੇ ਦਾ ਲੋਡ ਪਾਉਣਾ ਚਾਹੁੰਦਾ ਇੱਧਰ। ਕਾਰਨ ਉਹਨੇ ਕੋਈ ਪੈਪ ਲੈ ਖਾਲੀ ਹੋਣਗੇ ਤਾਂ ਜ਼ਿਆਦਾ ਲੋਡ ਪਾਉਂਦਾ ਇੱਥੇ, ਤਾਂ ਕਿ ਅਸੀਂ ਮੰਗ ਕੀਤੀ ਵੀ ਇਹ 'ਤੇ ਲੋਡ ਦੇ ਇਹ ਟ੍ਰਾਂਸਫਾਰਮ 'ਤੇ ਲੋਡ ਨਹੀਂ ਪੈਣਾ ਚਾਹੀਦਾ। ਸਾਡੇ ਟ੍ਰਾਂਸਫਾਰਮ ਦੇ 9 ਬਕਸੇ ਆ, ਦੂਜੇ ਦੇ 10 ਆ, ਜੇਈ ਸਾਹਿਬ ਨੇ ਉਦੋਂ ਪੈਸੇ ਖਾ ਲਏ ਆ ਅਤੇ ਉਹ ਸਾਨੂੰ ਦਬਾਉਂਦਾ ਕਹਿੰਦਾ ਮੈਂ ਤਾਂ ਲੋਡ ਵਧਾਉਣਾ, ਸਾਨੂੰ ਕਹਿੰਦਾ ਜਾਂ ਪੈਸੇ ਦਿਓ ਅਤੇ ਨਹੀਂ ਤਾਂ ਮੈਂ ਲੋਡ ਵਧਾਉਣਾ ਹੈ। ਜਤਿੰਦਰ ਦਬਕੇ ਬਹੁਤ ਮਾਤਾ ਇੱਥੋਂ ਗਿਆ ਹੁਣੇ ਹੀ ਦਬਕੇ ਮਾਤਾ, ਕਹਿੰਦਾ ਮੈਂ ਐਕਸ਼ਨ ਲਿਆਊਂਗਾ, ਮੈਂ ਲੋਡ ਪਾ ਕੇ ਛੱਡੂੰਗਾ। ਟ੍ਰਾਂਸਫਾਰਮਰ ਨੂੰ ਡੀਲੋਡ ਕਰਨਾ ਉਹ ਹਦਾਇਤਾਂ ਦੇ ਅਨੁਸਾਰ ਹੀ ਆਪਾਂ ਕਰ